ਕੁੰਵਰ ਵਿਜੇ ਪ੍ਰਤਾਪ ਤਾਂ ਚਲੋ ਕਾਂਗਰਸ ਤੋਂ ਵੀ, ਕੈਪਟਨ ਅਮਰਿੰਦਰ ਸਿੰਘ ਤੋਂ ਵੀ ਕਾਫੀ ਤੰਗ ਰਹੇ ਸੀ। ਕੋਈ ਤੰਗ ਨਹੀਂ ਰਿਹਾ, ਮੈਂ ਉਹਦੇ ਨਾਲ ਮੈਂ ਚੈਲੰਜ ਕਰਦਾ, ਮੈਂ ਉਹਨੂੰ ਕਹਿ ਦਿਓ ਕਿ ਉਹਨਾਂ ਦੇ ਕਈ ਗਿਲੇ ਸ਼ਿਕਵੇ ਤਾਂ ਸੀ, ਤੁਸੀਂ ਵੀ ਸੁਣੇ ਹੋਣਗੇ। ਬਿਲਕੁਲ ਕੋਈ ਗਿਲਾ ਸ਼ਿਕਵਾ ਨਹੀਂ, ਤੁਹਾਡੇ ਨਾਲ ਗੱਲ ਹੁੰਦੀ ਉਹਨਾਂ ਦੀ? ਮੈਂ ਕਦੀ ਗੱਲ ਹੀ ਨਹੀਂ ਕਰਦਾ। ਬੰਦੇ ਨੂੰ ਉਹਨੂੰ ਪੁੱਛ ਲਿਓ ਕਿ ਜਿਹੜੇ ਦੋ ਪੁਲਿਸ ਆਫੀਸਰ ਜਦੋਂ ਅਰੈਸਟ ਕੀਤੀ ਆ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਦਿਨ ਨਾ ਕੀਤੀ ਸੀ? ਪਬਲਿਕ 'ਚ ਤਾਂ ਆਉਣਾ ਚਾਹੀਦਾ ਨਾ। ਬੇਸ਼ੱਕ ਅਮਰਿੰਦਰ ਸਿੰਘ ਚਲਾ ਗਿਆ ਬੀਜੇਪੀ 'ਚ, ਪਰ ਇਹ ਤਾਂ ਨਹੀਂ ਐਲੀਗੇਸ਼ਨ ਕੋਈ ਲਾ ਸਕਦਾ। ਪਰ ਉਹ ਇਨਸਾਫ ਦੀ ਗੱਲ ਕਰਦੇ ਨੇ, ਇਨਸਾਫ ਦੀ, ਚਲੋ ਦੱਸੋ ਮੈਂ ਤੁਹਾਡੇ ਇਨਸਾਫ ਦੀ ਜਵਾਬ ਦੇ, ਕਿਉਂਕਿ ਮੈਂ ਬਹੁਤ ਉਹਦੇ 'ਚ ਇਨਵੋਲਵ ਰਿਹਾ। ਕਿਹੜੇ ਕਹਿੰਦੇ ਕਿ ਬੇਅਦਬੀ ਦਾ ਇਨਸਾਫ, ਬੇਅਦਬੀ ਦਾ ਇਨਸਾਫ ਉਹਦੇ ਕੋਲ ਨਹੀਂ ਸੀ, ਉਹਦੇ ਕੋਲ ਬਹਿਬਲ ਕਲਾ ਦਾ ਸੀ। ਪਰ ਉਹ ਬੇਅਦਬੀ ਬਹਿਬਲ ਕਲਾ ਉਹ ਇਸ ਤੋਂ ਜੋੜਦੇ ਨੇ, ਕਿਉਂ ਦੋਨਾਂ ਨੂੰ ਜਿਹੜੀ ਉਹਦੇ ਕੋਲ ਇਨਕੁਆਰੀ ਸਾਹਿਬ ਦੀ, ਮੇਰੀ ਇੱਕ ਮਿੰਟ ਗੱਲ ਸੁਣੋ, ਜਿਹੜੀ ਬੰਦੇ ਕੋਲ ਜੋ ਇਨਕੁਆਰੀ ਹੈ ਬੇਅਦਬੀ ਦਾ ਵੀ ਜਵਾਬ ਦੇ ਦਿਓ। ਉਹ ਸੀਗੀ ਖੱਟੜੇ ਕੋਲ, ਖੱਟੜੇ ਨੇ ਆਪਣੇ ਚਲਾਣ ਸਾਰੇ ਪੇਸ਼ ਕਰਕੇ ਸਜ਼ਾਵਾਂ ਵੀ ਕਰਵਾ ਦਿੱਤੀਆਂ, ਇਹ ਜਾ ਕੇ ਉੱਥੇ ਜਿਹੜਾ ਪਤਾ ਕਰੋ। ਉਹਦੇ ਬਾਅਦ ਜਿਹੜੀ ਇਹਨੇ ਕੀਤੀ ਆ ਬਹਿਬਲ ਕਲਾਂ ਦੀ, ਇਹ ਇਹਨਾਂ ਨੂੰ ਆਈ ਜੀ ਸਾਹਿਬ ਨੂੰ ਮੈਂ ਲੈ ਕੇ ਗਿਆ ਸੀ, ਜਦੋਂ ਦੁਬਾਰਾ ਇਨਕੁਆਇਰੀ ਕੀਤੀ ਹੈ, ਇਹਨੇ ਉਹਨੂੰ ਚੀਫ ਮਿਨਿਸਟਰ ਨੂੰ ਆਖਿਆ ਇਹ ਫੈਕਟ ਆ। ਉਹਨੇ ਆਖਿਆ ਕਿ ਜੀ ਮੈਂ ਕਿਸੇ ਕੇ ਸਾਹਮਣੇ ਬਾਤ ਨਹੀਂ ਕਰੂੰਗਾ, ਮੇਰੀ ਔਰ ਆਪਣੀ ਵਨ ਟੂ ਵਨ ਹੋਊਗੀ, ਇਹਨੇ ਸਾਨੂੰ ਮੀਟਿੰਗ 'ਚ ਬਾਹਰ ਕੱਢੋ। ਮੈਂ ਅਤੇ ਡੀ ਜੀ ਪੀ ਦੋਵੇਂ ਦਿਨਕਰ ਬੈਠੇ ਸੀ, ਮੈਂ ਸਗੋਂ ਮੈਂ ਬਾਅਦ 'ਚ ਦਿਨਕਰ ਨੂੰ ਕਿਹਾ, ਮੈਂ ਕਿਹਾ ਜੀ ਕੀ, ਮੈਂ ਕਿਹਾ ਕੀ ਕੋਈ ਡਿਸਿਪਲਿਨ ਨਹੀਂ, ਮੈਂ ਕਿਹਾ ਮੈਂ ਮੈਨੂੰ ਤੁਸੀਂ ਕਿਹਾ ਸਾਰਿਆਂ ਕਿਹਨੂੰ ਲੈ ਕੇ ਆ, ਅਤੇ ਤੈਨੂੰ ਵੀ ਕੱਢਤਾ, ਮੈਨੂੰ ਵੀ ਮੁੱਖ ਮੰਤਰੀ ਨੇ ਬਾਹਰ ਕੱਢਤਾ, ਅਤੇ ਇਹਨਾਂ ਨੇ ਫਿਰ ਖਿਚੜੀ ਦੋਨਾਂ ਨੇ ਪਕਾਈ ਕੇ ਅਸੀਂ ਰੋਕਿਆ ਜਿਹੜਾ ਕਹਿੰਦਾ ਮੇਰੇ ਕੋ ਐਸੀ ਹੋ ਗਿਆ, ਤੇ ਜਿਹਦੇ ਚਲਾਨ ਦੇ ਵਿੱਚ ਨਾ ਇਹਨੇ ਦੇਣੇ ਸੀ ਕਿ ਮੈਂ ਦੇਣੇ ਸੀ ਜਾਂ ਚੀਫ ਮਿਨਿਸਟਰ ਨੇ ਦੇਣੇ ਸੀ, ਅਤੇ ਪਬਲਿਕ ਦੇ ਜਾਣ ਕੇ ਆਖੇ ਕਿ ਅਮਰਿੰਦਰ ਸਿੰਘ ਨੇ ਰੋਕਿਆ, ਕਦੇ ਹੋਮ ਮਿਨਿਸਟਰ ਉਹ ਸੀ, ਉਹਦੇ ਨਾਲ ਗੱਲਾਂ ਕੀਤੀਆਂ, ਅਤੇ ਉਹਦੇ 'ਚ ਮੈਂ ਤਾਂ ਆਪਣੇ 'ਚ ਇਨਸਲਟ ਫੀਲ ਕੀਤੀ ਕਿ ਮਿਨਿਸਟਰ ਹੁੰਦਿਆਂ ਮੈਨੂੰ ਕਹਿੰਦਾ ਜੀ ਮੈਂ ਇਨਕੇ ਦੋਨੋਂ ਕੇ ਸਾਹਮਣੇ, ਮੇਰਾ ਖਿਆਲ ਡਿਸਿਪਲਿਨਡ ਫੋਰਸ ਸੀ, ਦਿਨਕਰ ਗੁਪਤੇ ਨੂੰ ਤਾਂ ਕੁਝ ਐਕਸ਼ਨ ਕਰਨਾ ਚਾਹੀਦਾ, ਉਹ ਵਿੱਚ ਕਹਿੰਦਾ ਜੀ ਕੋਈ ਗੱਲ ਨਹੀਂ ਜੀ ਬੇਇੱਜ਼ਤੀ ਸਹਿਲੋ, ਇਹਨੂੰ ਕੇਸ ਆਪਾਂ ਨਿਪਟਾਈਏ। ਪਰ ਕੁੰਵਰ ਵਿਜੇ ਪ੍ਰਤਾਪ ਹੁਣ ਆਮ ਆਦਮੀ ਪਾਰਟੀ 'ਚ ਜਿਸ ਤਰ੍ਹਾਂ ਵਿਚਰ ਰਹੇ ਨੇ, ਤੁਹਾਨੂੰ ਠੀਕ ਲੱਗਦਾ ਜੋ ਮੁੱਦੇ ਚੁੱਕ ਰਹੇ ਨੇ ਜਾਂ ਮੁੱਦੇ? ਮੇਰੀ ਗੱਲ ਸੁਣੋ, ਪਹਿਲੇ ਮੁੱਦੇ ਜਿਹੜੇ ਉਹਨੇ ਚੁੱਕੇ ਸੀ, ਪਹਿਲਾਂ ਉਹਨਾਂ ਦਾ ਲੋਕਾਂ ਦੇ ਵਿੱਚ ਲੈ ਕੇ ਆਵੇ, ਇੱਕ ਵਾਰ ਤਾਂ ਜੇ ਨਹੀਂ ਉਹਨੂੰ ਵੈਸੇ ਨਾ ਮੈਸੇਜ ਉਹ ਸੇਵ ਰੱਖਦਾ ਮੇਰੇ 'ਚ, ਤੁਸੀਂ ਵੇਖੋ ਕਿ ਸ਼ਾਮ ਨੂੰ ਸਾਰੇ ਹੀ ਮੈਸੇਜ 24 ਘੰਟਿਆਂ ਵਾਲਾ ਮੈਂ ਲਾਇਆ ਕਿ ਕਿੱਥੇ ਇੰਨਾ ਕੁਝ ਮੈਂ ਸਾਂਭ ਛੱਡੂੰਗਾ, ਉਹਦੇ 'ਚ ਵੇਖਿਓ ਕਿ ਉਹ ਮੈਨੂੰ ਮੈਸੇਜ ਕਰਦਾ ਰਿਹਾ, ਅਤੇ ਉਹਦੇ ਕੋਲ ਸੇਵ ਨੇ ਉਹਨੇ ਮੈਨੂੰ ਵਿਖਾਏ ਵੀ ਸੀ, ਉਹਨੂੰ ਆਖਿਓ ਕਿ ਜਿਹੜੇ ਰੰਧਾਵੇ ਦਾ ਮੈਸੇਜ ਕਰਦਾ ਮੈਂ ਉਹੀ ਦਿਖਾ ਦਿਓ। ਕੀ ਗੱਲਬਾਤ! ਉਹਨਾਂ ਉਹ ਛੱਡੋ, ਕਾਨੂੰਨ ਡਿਸਕਲੋਜ਼ ਕਿਉਂ ਕਰਨਾ, ਜਦੋਂ ਉਹ ਬੋਲੇਗਾ ਉਹਨੂੰ ਮੈਂ ਕਹੂੰਗਾ ਕੱਢ ਲਾ। ਫਿਰ ਉਹਨਾਂ ਦੀ ਆਮ ਆਦਮੀ ਪਾਰਟੀ 'ਚ ਜਾਣ ਦਾ ਫਿਰ ਕੀ ਮਕਸਦ ਰਿਹਾ? ਉਹਦੇ ਉਹਦੀ ਅੰਬੀਸ਼ਨ ਸੀ, ਓਵਰ ਅੰਬੀਸ਼ਨ ਸੀਗਾ, ਅੰਬੀਸ਼ਨ ਸਾਰੇ ਹੋਣੇ ਚਾਹੀਦੇ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਜੇ ਕਿਤੇ ਉਹ ਦਸਵਾਂ ਚਲਾਣ ਕਰਕੇ ਤਾਂ ਫਿਰ ਕਹਿੰਦਾ ਬੋਲ ਕੇ ਜਾਂਦਾ ਕਿ ਮੈਨੂੰ ਇਸ ਕਰਕੇ ਮੈਂ ਜਾ ਰਿਹਾ, ਫਿਰ ਮੈਂ ਕਹਿਣਾ ਕਿ ਇਹ ਮਰਦ। ਮੇਰੀ ਗੱਲ ਮੈਂ ਤੁਹਾਡੇ ਨਾਲ ਇੱਕ ਗੱਲ ਹੀ ਕਰ ਰਿਹਾ, ਮੈਂ ਉਹਨੂੰ ਦੋ ਇਨਕੁਆਇਰੀਆਂ ਦਿੱਤੀਆਂ ਜੇਲ੍ਹ ਦੀਆਂ, ਮੈਂ ਦੋਨੋਂ ਡਿਸਮਿਸ ਕੀਤੀ ਜਿਹੜੀਆਂ ਨੇ ਕੀਤੀ। ਕਹਿੰਦਾ ਇਹ ਕਹੇਗਾ ਕਿ ਜੇਲ੍ਹਾਂ ਕੰਟਰੋਲ ਨਹੀਂ ਹੁੰਦੀਆਂ,
ਉਦਾਂ ਹੀ ਕਹਿਣਾ ਜੀ ਹਮ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਨਹੀਂ ਹੋਇਆ ਜਾਂਦਾ, ਸ਼ਹੀਦੀਆਂ ਦੇਣੀਆਂ ਪੈਂਦੀਆਂ। ਪਰ ਫਿਰ ਵੀ ਜਿਸ ਤਰ੍ਹਾਂ ਸੈਂਟੀਮੈਂਟਸ ਜਾਂ ਜਦੋਂ ਬਾਰ-ਬਾਰ ਬੇਅਦਬੀ ਦੀ ਗੱਲ ਕਰਦੇ ਨੇ, ਮੈਂ ਤੁਹਾਨੂੰ ਕਹਿ ਰਿਹਾ ਸੈਂਟੀਮੈਂਟ ਮੈਂ ਕਿਉਂ ਵਾਂ, ਮੈਂ ਤਾਂ ਉਹਦੇ 'ਚ ਇਨਵੋਲਵ ਸੀ। ਇਹਦਾ ਮਤਲਬ ਮੋਦੀ ਵਾਂਗੂ ਮੈਂ ਗੰਗਾ ਮਾਂ ਮੇਰੇ ਕੋਲ ਲੇਕਰ ਆਈ, ਗੰਗਾ ਕਾ ਬੁਲਾਵਾ ਆਇਆ ਹੈ ਤੇ ਗੰਗਾ ਸਾਫ਼ ਹੀ ਨਹੀਂ ਅੱਜ ਤੱਕ ਕੀਤੀ। ਉਹ ਗਾਣਾ ਤੇ ਉਹੀ ਆ ਗਿਆ ਨਾ, ਕਿਹੜੀ ਕਿ ਫਿਲਮ ਆਈ ਸੀ ਯਾਰ, ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਓ ਕੇ ਪਾਪ ਦੋਤੇ ਦੋਤੇ, ਤਾਂ ਸਾਡੇ ਨਾਲ ਤਾਂ ਉਹੀ ਚੱਲਣ ਦਿਆ ਕਿ ਜਿਹੜਾ ਦੇਖਿਆ ਵੱਡੇ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਜਦੋਂ ਵੀ ਕੋਈ ਪੋਸਟ ਪਾਉਂਦੇ ਨੇ ਹੇਠਾਂ ਇੰਨੇ ਕਮੈਂਟ ਆ ਜਾਂਦੇ ਨੇ ਕਿ ਇਮਾਨਦਾਰ ਬੰਦਾ ਹੈ, ਫਸ ਗਿਆ, ਅਸੀਂ ਬੇਈਮਾਨ ਹਾਂ। ਕਰੋੜ ਦਾ ਦੋਨਾਂ ਮਿਲਾਂ ਦਾ ਆਇਆ ਟੈਂਡਰ, ਮੈਂ ਚੁੱਕ ਕੇ 660 ਕਰੋੜ ਦੀਆਂ ਕੀਤੀਆਂ, ਤੇ ਜੇ ਮੈਂ ਇਹਨਾਂ ਵਰਗਾ ਹੁੰਦਾ ਤੇ ਦਿੱਲੀ ਘਪਲੇ ਵਾਂਗੂ ਮੈਂ ਵੀ ਹੁੰਦਾ ਇਸੇ ਘਪਲੇ ਚ, ਮੈਨੂੰ ਪੈਸੇ ਮਾੜੇ ਲੱਗਦੇ ਸੀ।